ਨਹੀਂ ਮੈਂ ਵੀ ਲੈ ਕੇ ਜਾਣਾ ਇਹ ਸਾਨੂੰ ਬੱਚਾ ਸਾਨੂੰ ਤਾਂ ਪਲੱਸ ਟੂ ਜਿੱਥੇ ਹੋ ਸਕਦਾ ਉੱਥੇ ਕਰਕੇ ਦੇਵੇ ਸਾਨੂੰ ਡਾਕਟਰ ਅਸੀਂ ਇਹ ਤੋਂ ਲਿਖਾਉਣਾ ਵਾ ਕਿ ਸਾਡੇ ਬੱਚੇ ਨੂੰ ਅਗਰ ਕੋਈ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਪੈ ਗਈ ਤੇ ਇਹ ਡਾਕਟਰ ਜਵਾਬ ਦੇ ਹੀ ਆ ਇਹ ਥੋੜ੍ਹਾ ਜਿਹਾ ਬੱਚਾ ਅਸੀਂ ਇੱਥੋਂ ਲੈ ਕੇ ਗਏ ਤੇ ਬਾਹਰ ਨਿਕਲ ਗਏ ਤੇ ਇਹਦੀ ਜ਼ਿੰਮੇਵਾਰੀ ਖਤਮ ਆ ਇੱਕ ਨਿੱਜੀ ਹਸਪਤਾਲ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਨਿੱਜੀ ਹਸਪਤਾਲ ਦੇ ਵੱਲੋਂ ਇੱਕ 11 ਮਹੀਨੇ ਦੀ ਛੋਟੀ ਮਾਸੂਮ ਬੱਚੀ ਦੇ ਐਕਸਪਾਇਰੀ ਡੇਟ ਵਾਲਾ ਇੰਜੈਕਸ਼ਨ ਲਾ ਦਿੱਤਾ ਗਿਆ ਜਿਸ ਤੋਂ ਬਾਅਦ ਬੱਚੀ ਦੇ ਮਾਪਿਆਂ ਨੇ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਦੱਸਿਆ ਵੀ ਜਾ ਰਿਹਾ ਹੈ ਕਿ ਟੀਕਾ ਲੱਗਣ ਤੋਂ ਬਾਅਦ ਬੱਚੀ ਬੇਹੋਸ਼ ਹੋ ਗਈ ਹਾਲਾਂਕਿ ਡਾਕਟਰ ਨੇ ਮੰਨਿਆ ਕਿ ਉਹਨਾਂ ਦੇ ਸਟਾਫ ਦੇ ਕੋਲੋਂ ਗਲਤੀ ਹੋਈ ਹੈ ਦੱਸ ਦਈਏ ਕਿ ਬੱਚੀ ਇੱਕ ਪਹਿਲਾਂ ਹੀ ਬਿਮਾਰੀ ਤੋਂ ਪੀੜਤ ਹੈ ਤੇ 11 ਮਹੀਨੇ ਦੀ ਬੱਚੀ ਦਾ ਇਲਾਜ ਚੱਲ ਰਿਹਾ ਹੈ ਤਾਂ ਖਬਰ ਅੰਮ੍ਰਿਤਸਰ ਦੇ ਸ਼ਹਿਰਟਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬੱਚੀ ਨੂੰ ਐਕਸਪਾਇਰੀ ਡੇਟ ਵਾਲਾ ਟੀਕਾ ਲਾ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਨਾਲ ਹੀ ਪੁਲਿਸ ਵੀ ਪਹੁੰਚੀ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਬੱਚੀ ਦੇ ਐਕਸਪਾਇਰ ਹੋਇਆ ਟੀਕਾ ਲਾ ਦਿੱਤਾ ਗਿਆ ਉਸਦੀ ਡੇਟ ਜਿਹੜੀ ਹੈ ਉਹ ਪੁੱਗ ਚੁੱਕੀ ਸੀ ਮਿਆਦ ਲੰਘੀ ਹੋਈ ਸੀ ਤੇ ਦੱਸਦੀ ਹੈ ਕਿ ਬੱਚਾ ਅਟਾਰੀ ਦੇ ਧਨੋਏ ਪਿੰਡ ਦਾ ਏ ਤੇ ਬੱਚੀ ਦਾ ਨਾਮ ਮਹਿਰਾਜ ਕੌਰ ਹੈ ਜੋ ਸਿਰਫ 11 ਮਹੀਨੇ ਦੀ ਹੈ ਜਿਸ ਨੂੰ ਪਹਿਲਾਂ ਹੀ ਦਿਮਾਗੀ ਪ੍ਰੋਬਲਮ ਹੈ ਜਿਸ ਕਾਰਨ ਉਸਨੂੰ ਹਸਪੀਟਲ ਲਿਆਂਦਾ ਗਿਆ ਜਿੱਥੇ ਉਸਦਾ ਐਕਸਪਾਇਰੀ ਇੰਜੈਕਸ਼ਨ ਉਸਦੇ ਲਾ ਦਿੱਤਾ ਗਿਆ ਜਿਸ ਤੋਂ ਬਾਅਦ ਬੱਚੀ ਦੀ ਹਾਲਤ ਤੋਂ ਹੋਰ ਵਿਗੜ ਗਈ ਅਤੇ ਬੱਚੀ ਦੇ ਪਰਿਵਾਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੁਣ ਪੁਲਿਸ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਆਖ ਰਹੀ ਹੈ ਮੈਂ ਸਕੌਟ ਹਸਪਤਾਲੋਂ ਦਵਾਈ ਖਾਈ ਡਾਕਟਰ ਤਰਸੇਮ ਤੋਂ ਅਜੇ ਤੱਕ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਕਲੋਨੀ ਮੇਰਾ ਘਰ ਆ 3 ਸਾਲ ਹੋ ਗਏ ਮੈਡਮ ਦਵਾਈ ਦਿੰਦੇ ਕੁੜੀ ਨੂੰ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਹੈ ਬੱਚੇ ਨੂੰ ਨਹੀਂ ਭੁੱਲਦੀ ਡਾਕਟਰ ਤਰਸੇਮ ਨੇ ਖੁਦ ਕਿਹਾ ਮੈਨੂੰ ਇਹ ਗੱਲ ਕਹਿੰਦਾ ਆਪਣੀ ਰੋਟੀ ਛੱਡ ਦਿਓ ਬੱਚੇ ਨੂੰ ਜਿੱਦਣ ਤੁਸੀਂ ਦਵਾਈ ਨਾ ਦਿੱਤੀ ਉੱਧਰ ਬੱਚੇ ਨੂੰ ਦੌਰੇ ਪੈਣੇ ਆ ਉੱਧਰ ਉਹਦੀ ਮੌਤ ਹੋ ਜੂਗੀ ਸੋ ਸੇਮ ਪ੍ਰੋਬਲਮ ਉਸੇ ਬੱਚੇ 'ਚ ਇਹ ਸੇਮ ਪ੍ਰੋਬਲਮ ਉਹ ਕੁੜੀ ਨੂੰ ਆਈ ਆ ਉਹਨੂੰ ਐਕਸਪਾਇਰੀ ਟੀਕਾ ਲਾ ਦਿੱਤਾ ਹੁਣ ਉਹਨੂੰ ਘਰ ਜਾਂਦੀ ਨੂੰ ਕੋਈ ਨੁਕਸ ਪੈ ਜਾਵੇ ਮੈਮ 2-4-10 ਦਿਨ 20 ਦਿਨ ਬਾਅਦ ਮਹੀਨੇ ਬਾਅਦ ਕੋਈ ਉਹਨੂੰ ਨੁਕਸ ਪੈ ਜਾਵੇ ਉਹਦਾ ਇਹੋ ਹੀ ਜਵਾਬ ਦਊਗਾ ਡਾਕਟਰ ਐਕਸਪਾਇਰੀ ਟੀਕੇ ਨੇ ਮੈਮ ਇਹ ਤਾਂ ਹੁਣ ਹੈਗਾ ਨਹੀਂ ਕਿ ਅੱਜ ਚੜਿਆ ਉਹਦੀ ਵੇਨ 'ਚ ਤੇ ਹੁਣੇ ਉਹਨੂੰ ਰਿਜ਼ਲਟ ਆ ਜਾਊਗਾ ਹੁਣੇ ਉਹਨੂੰ ਕੋਈ ਸਾਈਡ ਇਫੈਕਟ ਹੋ ਜਾਊਗਾ ਹੁਣ ਟਾਈਮ ਪਾ ਗਿਆ ਹੀ ਕੋਈ ਪ੍ਰੋਬਲਮ ਹੋ ਸਕਦੀ ਹੈ ਇਹੋ ਜਿਹੇ ਬੰਦੇ ਜਿਹਨੂੰ ਮੈਡੀਕਲ ਸਟੋਰਾਂ ਦੇ ਭਾਏ ਆ ਤੇ ਫਿਰ ਕੀ ਹੋਊਗਾ ਮੈਡਮ 10th ਪਾਸ ਆ 10ਵੀਂ ਪਾਸ ਹੈ ਮੈਮ ਇਹ ਮੈਡੀਕਲ ਸਟੋਰ ਤੇ 10ਵੀਂ ਪਾਸ ਪਾਇਆ ਜੀ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਸ਼ਹਿਰ ਦੇ ਕੁੜੀਆਂ ਵਿਚਾਰੀਆਂ ਜਿਹੜੀਆਂ ਐਕਸਪਾਇਰੀ ਟੀਕਾ ਚੁੱਕ ਚੁੱਕ ਕੇ ਲੈ ਜਾਂਦੀਆਂ ਉਹ ਸਹੀ ਆ ਕਿਉਂਕਿ ਇਹਨੂੰ ਤਾਂ ਪਤਾ ਹੀ ਕੋਈ ਨਹੀਂ ਆ ਇਹ 10ਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਪਾਇਆ ਵਾ ਇਹਦਾ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਕੁੱਖ ਨਹੀਂ ਇਹੋ ਜਿਹੇ ਜਦੋਂ ਬੱਚੇ ਇਹੋ ਜਿਹੇ ਮੈਡੀਕਲ ਸਟੋਰਾਂ ਦੇ ਬੰਦੇ ਭਾਏ ਹੋਣਗੇ ਫਿਰ ਹਸਪਤਾਲ ਕੀ ਚੱਲੂਗਾ ਇਹਨੇ ਮੈਡਮ ਅਸੀਂ ਫੜ ਲਿਆ ਵਾ ਇਹ ਹੋਰ ਨਾ ਕਿੰਨੇ ਨਾਲ ਕਰਦੇ ਆ ਇਦਾਂ ਅਸੀਂ ਤੇ ਉਹ ਚੀਜ਼ ਤੋਂ ਡਰਦੇ ਆ ਅਸੀਂ ਤੇ ਕਾਹ ਲੋਕਾਂ ਨੂੰ ਅਵੇਅਰ ਕਰਨਾ ਵਾ ਤੇ ਹੋਰ ਨਾ ਕਿੰਨੇ ਨਾਲ ਅੱਗੇ ਇਹ ਕੰਮ ਹੋ ਰਿਹਾ ਇੱਥੇ ਨਹੀਂ ਮੈਂ ਵੀ ਲੈ ਕੇ ਜਾਣਾ ਇਹ ਸਾਨੂੰ ਬੱਚਾ ਸਾਨੂੰ ਤਾਂ ਬਲੈਸ ਜਿੱਥੇ ਹੋ ਸਕਦਾ ਉੱਥੇ ਕਰਕੇ ਦੇਵੇ ਸਾਨੂੰ ਡਾਕਟਰ ਅਸੀਂ ਇਹ ਤੋਂ ਲਿਖਾਉਣਾ ਵਾ ਕਿ ਸਾਡੇ ਬੱਚੇ ਨੂੰ ਅਗਰ ਕੋਈ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਪੈ ਗਈ ਤੇ ਇਹ ਡਾਕਟਰ ਜਵਾਬ ਦੇ ਹੀ ਆ ਇਹ ਥੋੜਾ ਜਿਹਾ ਬੱਚਾ ਅਸੀਂ ਇੱਥੋਂ ਲੈ ਕੇ ਗਏ ਤੇ ਬਾਹਰ ਨਿਕਲ ਗਏ ਤੇ ਇਹਦੀ ਜ਼ਿੰਮੇਵਾਰੀ ਖਤਮ ਹੈ ਜਿਹੜਾ ਤੁਸੀਂ ਸਾਡੀ ਇਹ ਸੈਟੀਸਫਾਈ ਆ ਸਾਡੇ ਪਰਿਵਾਰ ਆ ਅਸੀਂ ਸਾਡੀ ਮੰਗ ਆ ਇਹ ਮੈਡਮ ਅਸੀਂ ਸਾਰੇ ਘਰ ਦੇ ਜੀ ਆ ਸੰਧੂ ਕਲੋਨੀ ਆਏ ਅਸੀਂ ਕੱਲ੍ਹ ਅਜੇ ਇੱਥੇ ਗੁਰੂ ਦਾ ਲੰਗਰ ਲਾ ਕੇ ਹਟੇ ਹਾਂ ਅਸੀਂ ਸਾਰੇ ਸੇਵਾਦਾਰ ਆ ਅਸੀਂ ਅਜੇ ਸਮਾਪਤੀ ਕਰਨੇ ਆ ਸਾਨੂੰ ਕਾਲ ਆ ਰਹੀ ਹੈ ਕਿ ਸਾਡਾ ਸੰਧੂ ਕਲੋਨੀ ਦਾ ਪੇਸ਼ੈਂਟ ਆ ਇਸ ਤਰ੍ਹਾਂ ਕਰਕੇ ਅਸੀਂ ਸਾਡਾ ਸਾਰਾ ਪਰਿਵਾਰ ਆ ਸੰਧੂ ਕਲੋਨੀ ਅਸੀਂ ਉਸੇ ਵਾਲੇ ਬੱਚੇ ਆ ਪੰਜਾਬ ਡਰੈਗਨ ਸਾਈਟ ਦੀ ਮੇਲ ਕਰ ਚੁੱਕਾ ਬੜਾ ਹੀ ਸ਼ਾਂਤੀ ਦੇ ਨਾਲ ਗੱਲ ਕਰਨੇ ਆ ਹਾਂਜੀ ਹਾਂਜੀ
ਤੁਸੀਂ ਆਪਣਾ ਉਹ ਇੱਕ ਖੁੱਲੇ ਮਾਈਂਡ ਦੇ ਨਾਲ ਉਹ ਚੀਜ਼ ਸੋਚ ਕੇ ਚੱਲੋ ਰਾਈਟ ਨਾਓ ਕਿ ਤੁਹਾਡਾ ਬੱਚਾ ਪੇਨ ਪ੍ਰੋਵਰਟੀ ਹੈਗੀ ਹੈ। ਤੁਸੀਂ ਦੱਸੋ ਕਿ ਤੁਸੀਂ ਜਿੰਨਾ ਆਪਾਂ ਡਿਲੇ ਕਰੀ ਜਾਵਾਂਗੇ ਆਪਣੇ ਬੱਚੇ ਦੇ ਲਈ, ਰਾਈਟ ਨਾਓ ਬੱਚਾ ਤੁਹਾਡਾ ਅਸੀਂ ਇੱਥੇ ਲੈ ਕੇ ਆਏ ਆ, ਇਹਨਾਂ ਕੋਲ ਸਾਰੇ ਟੈਸਟ ਹੋਏ ਆ, ਤੁਸੀਂ ਲੈਂਦੇ ਜ਼ਿੰਮੇਵਾਰੀ ਉਹਦੀ ਰੱਖੋਗੇ ਇੱਥੇ। ਮੈਡੀਸਨ ਇੱਥੇ ਪਈਆਂ ਇਹਦੇ ਕੋਲ, ਸਾਡੀ ਇਨਕੁਆਇਰੀ ਹੈਗੀ ਹੈਗੀ ਆ ਸਾਡੇ, ਉਹਨੂੰ ਕਹਿੰਦੇ ਸਾਡਾ ਇਹਦੇ ਫੜ ਲਈ ਗਲਤੀ। ਸਾਡੇ ਸਟੋਰ ਦੇ 2023 ਦੀਆਂ ਮੈਡੀਸਨ ਨਿਕਲ ਗਈਆਂ, ਇਹਦੀਆਂ ਐਕਸਪਾਇਰੀ ਡੇਟਾਂ ਨਿਕਲ ਗਈਆਂ, ਕਨਾਲ ਮਾਗਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿੱਦਾਂ ਦੀਆਂ ਨਿਕਲ ਗਈਆਂ, ਡੱਬੇ ਭਰੇ ਪੂਰੇ। ਉਹ ਡਰੱਗ ਇੰਸਪੈਕਟਰ ਆਏ ਆ, ਮੈਡਮ ਆਏ ਆ, ਉਹ ਚੈੱਕ ਕਰ ਰਹੇ ਆ। ਤੁਹਾਡੇ ਬੱਚੇ ਨਾਲ ਕੀ ਗੱਲ ਹੋਈ? ਸਾਡੇ ਬੱਚੇ ਨਾਲ ਇੱਦਾਂ ਹੀ, ਸਾਡਾ ਬੱਚਾ ਇੱਥੇ ਆਇਆ, ਉਹਨੂੰ ਥੋੜੀ ਜਿਹੀ ਪ੍ਰੋਬਲਮ ਹੀ ਹੈਡਿੰਗ ਦੀ, ਉਹਨੂੰ ਪ੍ਰੋਬਲਮ ਹੋਈ, ਉਹਨੂੰ ਕੋਈ ਸੀਜ਼ਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ, ਉਹ ਕੁਦਰਤੀ ਜਦੋਂ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂ ਅਸੀਂ ਉਹਦੀ ਡੱਬੀ ਦਵਾ ਦਾ ਫੜ ਲਈ। ਉਹ ਡੱਬੀ ਜਦੋਂ ਅਸੀਂ ਫੜੀ ਤਾਂ ਉਹ ਚੈੱਕ ਕੀਤੀ ਤਾਂ ਉਹਦੇ ਡੇਟ ਐਕਸਪਾਇਰੀ ਸੀ ਉਹ ਟੀਕਾ, ਤਾਂ ਅਸੀਂ ਉਸੇ ਵੇਲੇ ਮੁੜ ਕੇ ਉਹ ਟੀਕਾ ਬੰਦ ਕਰਵਾਇਆ ਦਵਾ ਦਾ। ਬੱਚਾ ਗੁੰਮ ਹੈ, ਬੱਚਾ ਹੁਣ ਅਜੇ ਤੱਕ ਬੱਚਾ ਗੁੰਮ ਆ, ਘੱਟੋ 2 ਘੰਟੇ ਹੋ ਗਏ ਭਾਈ ਅਜੇ ਤੱਕ। ਅਤੇ ਕੀ ਮੰਗ ਕਰਦੇ ਹੋ? ਮੰਗ ਇਹੋ ਕਰਦੇ ਕਿ ਇਹਦੇ 'ਤੇ ਕਾਰਵਾਈ ਹੋਵੇ, ਇਹਦਾ ਲਾਇਸੈਂਸ ਰੱਦ ਕੀਤਾ ਜਾਵੇ, ਇਹੋ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ, ਬੰਦ ਹੋਵੇ। ਇਹ ਬੱਚੇ ਬੇਜ਼ਬਾਨੇ ਬੱਚੇ ਆ, ਇਹਨਾਂ ਦੇ ਨਾਲ ਇਸ ਤਰ੍ਹਾਂ ਕਰਦੇ। ਅਸੀਂ ਕੋਈ ਵੱਡੇ ਬੱਚੇ ਦੇ ਟੀਕਾ ਲੱਗਾ ਹੋਵੇ, ਕੋਈ ਸਾਡੇ ਲੱਗਾ ਹੋਵੇ ਤਾਂ ਅਸੀਂ ਤਾਂ ਦੱਸ ਵੀ ਦਈਏ ਆਪਣਾ ਰੋਗ, ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ? ਜੇ ਕੱਲ੍ਹ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਛ ਹੋ ਜੇ, ਉਹਦਾ ਜ਼ਿੰਮੇਵਾਰ ਕੁਨਾਲ ਮਹਾਜਨ ਹੋਊਗਾ। ਮੈਡੀਕਲ ਸਟੋਰ ਵਾਲਾ ਬੰਦੇ ਦਾ ਦੱਸੋ, ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ, 10ਵੀਂ ਪਾਸ ਆ, ਸਫਾਈ ਕਰਮਚਾਰੀ ਆ ਜਿਹੜਾ ਮੈਡੀਕਲ ਸਟੋਰ 'ਤੇ ਦਵਾਈਆਂ ਦੇਣ ਦਿਆ ਵਾ, ਅਤੇ ਨਰਸਾਂ ਅੰਦਰੋਂ ਆਉਂਦੀਆਂ ਵਾ, ਆਪੇ ਦਵਾਈਆਂ ਚੁੱਕ ਚੁੱਕ ਕੇ ਭੱਜੀ ਜਾਂਦੀਆਂ। ਐਕਸਪਾਇਰੀ ਟੀਕੇ ਬੱਚਿਆਂ ਨੂੰ ਲਾਈ ਜਾਂਦੇ ਆ, ਉਹ 10ਵੀਂ ਪਾਸ ਆ, ਉਹਨੂੰ ਪੜ੍ਹਨਾ ਨਹੀਂ ਆਉਂਦਾ। ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ? ਬੱਚੇ ਦੀ ਕੰਡੀਸ਼ਨ ਕੀ ਹੈ? ਬੱਚਾ ਕੰਡੀਸ਼ਨ ਹੈ, ਬੱਚਾ ਬੇਹੋਸ਼ ਆ। ਅੱਛਾ, ਬੇਹੋਸ਼ ਉਹ ਦੇਖੋ, ਬੱਚਾ ਅਜੇ ਤੱਕ ਬੇਹੋਸ਼ ਆ। ਬੱਚੇ ਨੂੰ ਅਸੀਂ ਇੱਥੋਂ ਉਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ, ਵੈਂਟੀਲੇਟਰ ਨਹੀਂ ਹੈਗਾ, ਹੁਣ ਆਪ ਵੀ ਡਾਕਟਰ ਕਹਿ ਲਿਆ ਐਂਬੂਲੈਂਸ ਨਹੀਂ ਹੈਗੀ, ਫਿਰ ਤੂੰ ਇਹੋ ਜਿਹੇ ਪੇਸ਼ੈਂਟ ਨੂੰ ਫੜਦਾ ਕਿਉਂ ਆ? ਤੂੰ ਜੇ ਨਹੀਂ ਡਾਕਟਰ ਹੈਗਾ ਨਾ, ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜੀ ਉਹਨੂੰ, ਆਣਾ ਸੀਜ਼ਰ ਆ ਗਏ ਉਹਨੂੰ, ਤੇ ਤੂੰ ਟੀਕਾ ਕਿਉਂ ਲਾਤਾ ਐਕਸਪਾਇਰੀ? ਹੁਣ ਇਹ ਬੱਚੇ ਨਾਲ ਕੋਈ ਮਿਸਭੇਵ ਹੋ ਜੇ, ਘਟਨਾ ਹੋ ਜੇ, ਤੇਰਾ ਜ਼ਿੰਮੇਵਾਰ ਕਨਾਲ ਮਹਾਜਨ ਹੋਊਗਾ। ਅਸੀਂ ਇਹ ਤੋਂ ਮੰਗ ਚਾਹੁੰਦੇ ਹਾਂ ਕਿ ਅਸੀਂ ਇੱਥੇ ਕਾਰਵਾਈ ਵੱਖਰੀ ਕਰਾਉਣੀ, ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ, ਹੁਣ ਜਿੱਥੇ ਸਾਨੂੰ ਹੁਣ ਭੇਜ ਰਿਹਾ, ਕੋਈ ਐਂਬੂਲੈਂਸ ਨਹੀਂ ਹੈਗੀ ਇੱਥੋਂ, ਕੋਈ ਕੁਛ ਨਹੀਂ ਹੈਗਾ। ਅਸੀਂ ਤਾਂ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਹਾਂ ਕਿ ਇੱਥੋਂ ਇਹਨਾਂ ਤੋਂ ਚੱਲ ਜਾਓ ਇੱਥੋਂ। ਮੇਰੇ ਨਾਲ ਮੇਰੀ ਕੁੜੀਆਂ ਨੂੰ 3 ਸਾਲ ਪਹਿਲਾਂ ਇਹਨੇ ਇਸ ਤਰ੍ਹਾਂ ਹੀ ਕੀਤਾ, ਅਜੇ ਤੱਕ ਮੇਰੀ ਕੁੜੀਆਂ ਨੂੰ ਦੌਰੇ ਪੈਂਦੇ ਆ। ਇਹਨੇ ਮੈਨੂੰ ਤਰਸੇਮ ਡਾਕਟਰ ਕੋਲ ਭੇਜਿਆ, ਮੈਂ ਸਕੌਟ ਹਸਪਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ, ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਹੁਣ ਮੈਂ ਦੇਣਾ ਕੁੜੀ ਨੂੰ ਸਵੇਰੇ ਸ਼ਾਮ, ਉਹ ਵੀ ਇਹਦੇ ਕੰਮ ਕਰਕੇ। ਸਰ ਬੱਚਾ ਮੇਰੇ ਕੋਲ ਆਇਆ ਸੀ ਹੈ ਨਾ, ਉਸ ਵੇਲੇ ਨਾ ਬੱਚਾ ਅੱਖਾਂ ਪੁੱਠੀਆਂ ਵਗੈਰਾ ਸੀ, ਅਤੇ ਮਤਲਬ ਦੌਰੇ ਦਾ ਪ੍ਰਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹੈ ਨਾ ਹਿਲਾ ਰਿਹਾ ਸੀ ਜੀ, ਹੈ ਨਾ ਦੌਰੇ 'ਤੇ ਆਪਣਾ ਰਿਸਪੋਂਸ ਨਹੀਂ ਕਰ ਰਿਹਾ ਸੀ ਜੀ, ਹੈ ਨਾ। ਤੋ ਉਸ ਹਿਸਾਬ ਨਾਲ ਹੈ ਨਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹੈ ਨਾ ਉਹਨੂੰ ਜਿਹੜੀ ਦੌਰੇ ਦੀ ਦਵਾਈ ਹੁੰਦੀ ਹੈ ਨਾ ਉਹ ਮੈਂ ਦਿੱਤੀ ਸੀ ਜੀ, ਠੀਕ ਹੈ। ਉਹ ਸਟਾਫ ਨੇ ਹੈ ਨਾ ਅੰਦਰੋਂ ਕੱਢ ਕੇ ਦਿੱਤੀ ਜੀ, ਅਤੇ ਉਹ ਬਾਈ ਚਾਂਸ ਹੈ ਨਾ ਐਕਸਪਾਇਰੀ ਵਾਲੀ ਸੀ ਜੀ। ਤੋ ਡਾਕਟਰ ਸਾਹਿਬ, ਜਿਹੜੇ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰ ਇੰਜੈਕਸ਼ਨ ਜਿਹੜਾ ਲਗਾਇਆ ਗਿਆ, ਕਿ ਉਹਦਾ ਕੋਈ ਸਾਈਡ ਇਫੈਕਟ ਵੀ ਹੋ ਸਕਦਾ ਅੱਜ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ? ਨਹੀਂ, ਵੈਸੇ ਤਾਂ ਨਹੀਂ, ਕਿਉਂਕਿ ਇਹ ਹੈ ਨਾ ਕੋਈ ਰਿਐਕਸ਼ਨ ਵਗੈਰਾ ਹੁੰਦਾ ਉਹ ਵਿਦਿਨ 15-20 ਮਿੰਟ ਜਾਂ ਹਾਫ ਐਨ ਆਵਰ ਆ ਜਾਂਦਾ। ਠੀਕ ਹੈ, ਠੀਕ ਹੈ ਨਾ।
ਲੇਕਿਨ ਆਮ ਤੌਰ 'ਤੇ ਹੈ ਨਾ ਜਿਵੇਂ ਬੱਚੇ ਨੇ ਦੋ ਤਿੰਨ ਵਾਰੀ ਪਿਸ਼ਾਬ ਕਰ ਲਿਆ ਖੁੱਲ੍ਹ ਕੇ ਕਰ ਲਿਆ ਨਾ ਉਹ ਪੂਰਾ ਟੀਕਾ ਗਿਆ ਵੀ ਨਹੀਂ ਸੀ ਸਾਨੂੰ ਵਿਚਕਾਰ ਹੀ ਪਤਾ ਲੱਗਿਆ ਸੀ ਆਪਾਂ ਵਿਚਕਾਰ ਹੀ ਬੰਦ ਕਰਕੇ ਉਹਨੂੰ ਨਾਲ ਹੀ ਫਰੂਟ ਵਗੈਰਾ ਦੇ ਦਿੱਤਾ ਹੈ ਨਾ ਕਿ ਪਿਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਿਕਲ ਜਾਵੇ ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ ਹੈ ਨਹੀਂ ਵੈਸੇ ਉਹਨੂੰ ਕੋਈ ਖਤਰਾ ਨਹੀਂ ਹੈ ਹਾਂ ਕੋਈ ਉਹਨੂੰ ਵੈਸੇ ਹੈ ਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹੈ ਨਾ 48-72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ ਹੈ ਨਾ ਜਿਹੜੀ ਉਹ ਦਿਮਾਗ ਵਾਲੀ ਗੱਲ ਉਹਦੇ ਨਾਲ ਖਤਰਾ ਹੋ ਸਕਦਾ ਹੈ ਨਾ ਜੀ ਠੀਕ ਹੈ ਨਾਲ ਡਾਕਟਰ ਸਾਹਿਬ ਇਹ 'ਚ ਮੰਨਦੇ ਤੁਸੀਂ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਹੈ ਜਾਂ ਜਿਹੜਾ ਸਟਾਫ ਉਹਦੀ ਅਣਗਹਿਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ ਨਹੀਂ ਦੇਖੋ ਇਹ ਇੱਕ ਹਿਊਮਨ ਐਰਰ ਹੈਗਾ ਹੈ ਨਾ ਜ਼ਰੂਰ ਕਰਨਾ ਚਾਹੀਦਾ ਸੀ ਔਰ ਉਹਦੇ ਵਿੱਚ ਹੈ ਨਾ ਕੋਈ ਦੋ ਰਾਏ ਨਹੀਂ ਹੈਗੀ ਆਪਣੇ ਸਟਾਫ ਦੇ ਖਿਲਾਫ ਜਿਨ੍ਹਾਂ ਵੱਲੋਂ ਅਣਗਹਿਲੀ ਵਰਤੀ ਗਈ ਉਹਨਾਂ ਖਿਲਾਫ਼ ਕਾਰਵਾਈ ਕਰੋਗੇ ਤੁਸੀਂ ਜੀ ਠੀਕ ਇੱਕ ਡਾਕਟਰ ਸਾਹਿਬ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਹੈ ਉਹ 10ਵੀਂ ਪਾਸ ਹੈ ਸਰ ਬੇਸਿਕਲੀ ਡਿਜ਼ਰਵ ਕਰਦਾ ਹੈ ਉਸ ਚੀਜ਼ ਨਹੀਂ ਨਹੀਂ ਹੈ ਨਾ ਸਰ ਉਹ ਨਾ ਥੋੜ੍ਹਾ ਹੈ ਨਾ ਟ੍ਰੇਨ ਬੰਦਾ ਹੈ ਨਾ ਜਿਵੇਂ ਹੈ ਨਾ ਇੱਕ ਥਾਂ 'ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ ਬਾਕੀ ਹੈ ਨਾ ਸਾਡਾ ਫਾਰਮਾਸਿਸਟ ਹੈਗਾ ਹੈ ਨਾ ਉਹ ਆਉਂਦਾ ਹੈ ਨਾ ਉਹਦੇ ਥੱਲੇ ਉਹ ਟ੍ਰੇਨ ਹੋ ਹੁਣ ਜਿਵੇਂ ਛੁੱਟੀਆਂ ਦਾ ਟਾਈਮ ਹੈਗਾ ਹੈ ਨਾ ਕੋਈ ਆਪਣੀ ਫੈਮਿਲੀ ਨਾਲ ਬਾਹਰ ਗਿਆ ਕੋਈ ਕੁਛ ਗਿਆ ਤਾਂ ਇਸ ਕਰਕੇ ਇਹ ਬਾਈ ਚਾਂਸ ਵਾਪਰ ਇੱਕ ਸਰ ਫੋਨ ਆਇਆ ਸੀ ਇੱਕ ਜੋਬਨਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਇਹ ਵਸੀ ਧਨੋਆ ਟਾਲਪੁਰ ਨੇ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਿਰਾਬ ਕੌਰ 11 ਮਹੀਨੇ ਏਜ ਹੈ ਉਹ ਉਹਨੂੰ ਕੋਈ ਮੈਡੀਕਲ ਪ੍ਰੋਬਲਮ ਆਈ ਸੀ ਘਰ ਖੇਡਦੇ ਖੇਡਦੇ ਉਹਨੂੰ ਲੈ ਕੇ ਇੱਥੇ ਨਾਲ ਮਹਾਜਨ ਹੋਸਪਿਟਲ ਬੱਚਿਆਂ ਦੀ ਲੈ ਕੇ ਆਈ ਸੀ ਜੀ ਠੀਕ ਹੈ ਜੀ ਉਹ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਟ੍ਰੀਟਮੈਂਟ ਕਰਦਿਆਂ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਉਹ ਮੈਡੀਕਲ ਟੀਮ ਜਿਹੜੀ ਆ ਆਈ ਹੈ ਉਹ ਸਰ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੇ ਸਾਨੂੰ ਜੋਗਿੰਦਰ ਕੌਰ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਡਿਗਰੀ ਰਹਿ ਤੋਂ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਏਗੀ ਕਹਿੰਦੇ ਕਿ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚਿਆਂ ਲਗਾਏਗਾ ਜਿਹੜੀ ਹਾਲਤ ਹੋਵੇ ਬਿਲਕੁਲ ਜੀ ਬਿਲਕੁਲ ਉਹ ਦੱਸ ਰਹੇ ਨੇ ਜੀ ਕਿ ਮਾਰਚ 24 ਉਹ ਜਿਹੜਾ ਇੰਜੈਕਸ਼ਨ ਲਾਇਆ ਉਹ ਐਕਸਪਾਇਰ ਹੋ ਜਾਂਦਾ ਸੀ ਜੀ ਉਹ ਜਿਹੜਾ ਵਾ ਉਹ ਮੈਡੀਕਲ ਟੀਮ ਉਹਨੂੰ ਦੇਖੇਗੀ ਠੀਕ ਹੈ